ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇੱਕ ਹੋਰ ਸੂਟ 'ਤੇ ਵਰਕ ਕੀਤਾ ਹੈ, ਉਹ ਤੁਹਾਨੂੰ ਵਿਖਾ ਰਹੀ ਹਾਂ। ਇਹ ਫਿਰੋਜ਼ੀ ਕਲਰ ਦਾ ਸੂਟ ਹੈ। ਇਹਦੇ 'ਤੇ ਮੈਂ ਪਿੰਕ ਫਿਰੋਜ਼ੀ ਅਤੇ ਆਹ ਤਿੱਲੇ ਦਾ ਵਰਕ ਹੈ। ਆਹ ਮੈਂ ਡੰਡੀ ਤਰੋਪਾ ਪਾਇਆ ਹੈ। ਆਹ ਸ਼ੇਡ ਦੀਆਂ ਪੱਤੀਆਂ ਪਾਈਆਂ ਨੇ ਅਤੇ ਆਹ ਇੱਥੋਂ ਲੈ ਕੇ ਇੱਥੋਂ ਇੱਥੋਂ ਲੈ ਕੇ ਇੱਥੋਂ ਤੱਕ ਫੁੱਲ ਹੈ। ਇਹਨੂੰ ਮੈਂ ਡਬਲ ਪਾਇਆ ਹੈ ਅਤੇ ਬਹੁਤ ਹੀ ਪਿਆਰਾ ਬਣਦਾ ਹੈ। ਇਹ ਬਿਲਕੁਲ ਹੀ ਈਜ਼ੀ ਹੈ। ਆਹ ਡੰਡੀ ਤਰੋਪੇ ਨਾਲ ਬਣਾਏ ਨੇ, ਆਹ ਡੰਡੀ ਤਰੋਪੇ ਨਾਲ ਬਣਾਇਆ ਹੈ। ਚਾਹੋ ਤਾਂ ਤੁਸੀਂ ਗੰਢ ਤਰੋਪੇ ਨਾਲ ਵੀ ਬਣਾ ਸਕਦੇ ਹੋ ਜਾਂ ਚੈਨ ਸਟਿਚ ਨਾਲ ਵੀ ਬਣਾ ਸਕਦੇ ਹੋ। ਆਹ ਬੂਰ ਤਰੋਪਾ ਪਾਇਆ ਹੈ। ਇਹ ਵਰਕ ਇਸ ਤਰੀਕੇ ਨਾਲ ਬਾਹਾਂ 'ਤੇ ਵੀ ਇੰਨਾ ਫੁੱਲ ਪਾਇਆ ਹੈ ਅਤੇ ਆਹ ਕਰੋਸ਼ੀਏ ਦੀ ਲੈਸ ਬਣਾਈ ਹੈ। ਇਹ ਬਹੁਤ ਪਿਆਰੀ ਬਣਦੀ ਹੈ ਅਤੇ ਬਹੁਤ ਹੀ ਈਜ਼ੀ ਬਣਦੀ ਹੈ। ਇਹ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਬਣਾਉਣੀ ਦੱਸਾਂਗੀ। ਆਹ ਵੇਖੋ ਬਹੁਤ ਪਿਆਰੀ ਬਣਦੀ ਹੈ। ਆਹ ਮੈਂ ਪਿੰਕ ਕਲਰ ਨਾਲ ਕੀਤੀ ਹੈ ਅਤੇ ਬਹੁਤ ਪਿਆਰੀ ਬਣਦੀ ਹੈ। ਇਹਦੇ ਨਾਲ ਬਹੁਤ ਗ੍ਰੇਸਫੁੱਲ ਜਿਹਾ ਸੂਟ ਬਣ ਗਿਆ ਹੈ ਅਤੇ ਦੁਪੱਟੇ 'ਤੇ ਮੈਂ ਪਿੰਕ ਕਲਰ ਦੇ ਦੁਪੱਟਾ ਹੈ, ਪਿੰਕ ਕਲਰ ਦੇ ਦੁਪੱਟੇ 'ਤੇ ਫਿਰੋਜ਼ੀ ਕਲਰ ਦੀ ਇਹ ਲੈਸ ਬਣਾਈ ਹੈ। ਅਗਲੀ ਵੀਡੀਓ 'ਚ ਤੁਹਾਨੂੰ ਮੈਂ ਲੈਸ ਬਣਾਉਣੀ ਦੱਸੂੰਗੀ। ਸਤਿ ਸ਼੍ਰੀ ਅਕਾਲ। ਤਾਂ ਲਾਈਕ ਆਵੇ, ਵੀਡੀਓ ਪਸੰਦ ਆਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਸਤਿ ਸ਼੍ਰੀ ਅਕਾਲ ਜੀ।